ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ 8ਵੀਂ ਜਮਾਤ ਦੀ ਪੰਜਾਬੀ ਪੁਸਤਕ ਦਾ ਪਾਠ ਨੰਬਰ 21 ਗਿਆਨ ਵਿਗਿਆਨ ਅਤੇ ਮਨੋਰੰਜਨ ਦਾ ਅਨੋਖਾ ਸੰਗਮ ਸੈنسਿਟੀ ਦੇ ਪ੍ਰਸ਼ਨ ਉੱਤਰ ਕਰਾਂਗੇ ਬਾਕ ਕਰਾਂਗੇ ਅਤੇ ਹੋਰ ਬੁੱਕਵਰਕ ਵੀ ਕਰਾਂਗੇ ਇਹ ਵੀਡੀਓ ਤੁਸੀਂ ਪੂਰੀ ਜ਼ਰੂਰ ਦੇਖਣੀ ਹੈ ਤੇ ਹੁਣ ਆਪਾਂ ਪ੍ਰਸ਼ਨ ਉੱਤਰ ਸ਼ੁਰੂ ਕਰਦੇ ਹਾਂ ਤੇ ਬੱਚਿਓ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਆ ਕਰੋ ਪ੍ਰਸ਼ਨ ਨੰਬਰ 1 ਸੈਂਸਿਟੀ ਕਿੱਥੇ ਸਥਿਤ ਹੈ ਇਸ ਦਾ ਕੁੱਲ ਖੇਤਰਫਲ ਕਿੰਨਾ ਹੈ ਉੱਤਰ ਸੈਂਸਿਟੀ ਜਲੰਧਰ ਕਬੂਰਥਰਾ ਸੜਕ ਉੱਤੇ ਸਥਿਤ ਹੈ ਇਸ ਦਾ ਕੁੱਲ ਖੇਤਰਫਲ 12 ਏਕੜ ਹੈ ਪ੍ਰਸ਼ਨ ਨੰਬਰ 2 ਸੈਂਸਿਟੀ ਲੋਕਾਂ ਲਈ ਕਦੋਂ ਖੋਲਿਆ ਗਿਆ ਉੱਤਰ ਸੈਂਸਿਟੀ ਲੋਕਾਂ ਲਈ 19 ਮਾਰਚ 2005 ਨੂੰ ਖੋਲਿਆ ਗਿਆ ਪ੍ਰਸ਼ਨ ਨੰਬਰ 3 ਸਪੇਸ ਥੀਏਟਰ ਆਮ ਸਿਨੇਮੇ ਦੀ ਫਿਲਮ ਵਿੱਚ ਅੰਤਰ ਦੱਸੋ ਉੱਤਰ ਸਪੇਸ ਥੀਏਟਰ ਤੇ ਆਮ ਸਿਨੇਮੇ ਦੀ ਫਿਲਮ ਵਿੱਚ ਫਰਕ ਇਹ ਹੈ ਕਿ ਸਪੇਸ ਥੀਏਟਰ ਵਿੱਚ ਆਮ ਸਿਨੇਮੇ ਨਾਲੋਂ 10 ਗੁਣਾ ਵੱਡੀ ਸਕਰੀਨ ਉੱਤੇ ਫਿਲਮ ਦਿਖਾਈ ਜਾਂਦੀ ਹੈ ਇਸ ਥੀਏਟਰ ਵਿੱਚ ਬੱਦਲ ਕਰਜਣ ਤੋਂ ਲੈ ਕੇ ਸੂਈ ਡਿੱਗਣ ਤੱਕ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਹੈ ਇਸ ਵਿੱਚ ਬੈਠ ਕੇ ਫਿਲਮ ਦੇਖਣ ਨਾਲ ਤੁਹਾਨੂੰ ਇੰਜ ਲੱਗੇਗਾ ਜਿਵੇਂ ਤੁਸੀਂ ਵੀ ਫਿਲਮ ਦਾ ਇੱਕ ਹਿੱਸਾ ਹੋ ਤਾਂ ਬੱਚੋ ਕੀ ਫਰਕ ਹੈ ਸਪੇਸ ਥੀਏਟਰ ਅਤੇ ਸਿਨੇਮੇ ਦੀ ਫਿਲਮ ਵਿੱਚ ਤੇ ਇਸ ਵਿੱਚ ਜਿਹੜਾ ਸਪੇਸ ਥੀਏਟਰ ਹੁੰਦਾ ਇਸ ਵਿੱਚ ਹਰੇਕ ਚੀਜ਼ ਦੀ ਜਿਹੜੀ ਆਵਾਜ਼ ਹੈ ਉਹ ਬਿਲਕੁਲ ਸਾਫ਼ ਸੁਣਾਈ ਦਿੰਦੀ ਹੈ ਚਾਹੇ ਉਹ ਬੱਦਲ ਕਰ ਜਣਾ ਹੈ ਠੀਕ ਹੈ ਚਾਹੇ ਸੂਈ ਦਾ ਡਿੱਗਣਾ ਹੈ ਤੇ ਜਿਹੜਾ ਇਹਦੇ ਵਿੱਚ ਸਾਨੂੰ ਐ ਲੱਗਦਾ ਅਸੀਂ ਫਿਲਮ ਦਾ ਖੁਦ ਇੱਕ ਹਿੱਸਾ ਅਸੀਂ ਇੰਨਾ ਉਹਦੇ ਵਿੱਚ ਚਲੇ ਜਾਂਦੇ ਸਪੇਸ ਥੀਏਟਰ ਵਿੱਚ ਇਸ ਤਰ੍ਹਾਂ ਦੀ ਸਕਰੀਨਿੰਗ ਹੁੰਦੀ ਹੈ ਪ੍ਰਸ਼ਨ ਨੰਬਰ 4 ਫਲਾਈਟ ਸਿਮੂਲੇਟਰ ਅਤੇ ਅਰਥ ਕੁਇਕ ਸਿਮੂਲੇਟਰ ਦਾ ਸ਼ੈ ਕੀ ਹੈ ਉਤਰ ਫਲਾਈਟ ਸਿਮੂਲੇਟਰ ਵਿੱਚ ਬੈਠੇ ਆ ਦਰਸ਼ਕ ਨੂੰ ਇੱਕ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ 5 ਡਿਗਰੀ ਦੀ ਚਾਲ ਵਾਲੀ ਇਸ ਸਵਾਰੀ ਵਿੱਚ ਜੇਕਰ ਦਰਸ਼ਕ ਹਵਾਈ ਜਹਾਜ਼ ਵਾਲੀ ਫਿਲਮ ਵੇਖੇਗਾ ਤਾਂ ਇਸ ਤਰ੍ਹਾਂ ਲੱਗੇਗਾ ਜਿਵੇਂ ਉਹ ਹਵਾਈ ਜਹਾਜ਼ ਵਿੱਚ ਬੈਠਾ ਹੋਵੇ ਜੇਕਰ ਦਰਸ਼ਕ ਰੋਲਰ ਕੋਸਟਰ ਦੀ ਫਿਲਮ ਵੇਖੇਗਾ ਤਾਂ ਇੰਜ ਮਹਿਸੂਸ ਕਰੇਗਾ ਜਿਵੇਂ ਉਹ ਰੋਲਰ ਕੋਸਟਰ ਵਿੱਚ ਬੈਠਾ ਹੋਵੇ ਇਹੇ ਸਿਮੂਲੇਟਰ ਬ੍ਰਿਟਾਨੀਆ ਤੋਂ ਮੰਗਵਾਇਆ ਗਿਆ ਹੈ ਅਰਥੂਕ ਇੱਕ ਸਿਮੂਲੇਟਰ ਵਿੱਚ ਬੈਠਿਆ ਦਰਸ਼ਕ ਨੂੰ ਪੁਚਾਉਂਲ ਅਤੇ ਅਸਲੀ ਝਟਕਿਆਂ ਵਰਗਾ ਅਹਿਸਾਸ ਹੁੰਦਾ ਹੈ ਇਸ ਦੇ ਸਾਹਮਣੇ ਲੱਗੀ ਸਕਰੀਨ ਉੱਤੇ ਦਿਖਾਇਆ ਜਾਂਦਾ ਹੈ ਕਿ ਦਰਸ਼ਕ ਕਰਦੀਆਂ ਵੱਖ-ਵੱਖ ਮੰਜ਼ਲਾਂ ਵਿੱਚ ਬੈਠ ਕੇ ਵੱਖ-ਵੱਖ ਹਕਟੇਰ ਪਮਾਨਿਆਂ ਦੇ ਪੁਚਾਉਲ ਨੂੰ ਕਿਸ ਤਰ੍ਹਾਂ ਮਹਿਸੂਸ ਕਰੇਗਾ ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪੁਚਾਉਲ ਆਉਣ ਤੇ ਇੱਕਦਮ ਕੀ ਕਰਨਾ ਚਾਹੀਦਾ ਹੈ ਤਾਂ ਇਹਦਾ ਅਰਥ QA ਇੱਕ ਸਿਮੂਲੇਟਰ ਹੈ ਜਿਹੜਾ ਅਰਥ QG ਦਾ ਮਤਲਬ ਪੰਜਾਬੀ ਦੇ ਵਿੱਚ ਹੁੰਦਾ ਉਹ ਪੁਚਾਲੀ ਹੁੰਦਾ ਠੀਕ ਹੈ ਨੂੰ ਅਸੀਂ ਇੰਗਲਿਸ਼ ਦੇ ਵਿੱਚ ਅਰਥ QG ਕਹਿੰਦੇ ਆ ਤੇ ਇਹਦੇ ਵਿੱਚ ਸਾਨੂੰ ਪੁਚਾਰ ਤੋਂ ਬਚਣ ਦੇ ਤਰੀਕੇ ਠੀਕ ਹੈ ਤੇ ਪੁਚਾਰ ਜਦੋਂ ਆਵੇਗਾ ਸਾਨੂੰ ਕਿਸ ਤਰ੍ਹਾਂ ਅਨੁਭਵ ਹੋਵੇਗਾ ਇਹ ਦੱਸਿਆ ਜਾਂਦਾ ਹੈ ਪ੍ਰਸ਼ਨ ਨੰਬਰ 5 3D ਸ਼ੋ ਕੀ ਹੈ ਡੇਂਜਰ ਦੀ ਵਰਤੋਂ ਕਿੱਥੇ-ਕਿੱਥੇ ਹੁੰਦੀ ਹੈ ਡੇਂਜਰ ਦੀ ਵਰਤੋਂ ਕਿੱਥੇ-ਕਿੱਥੇ ਹੁੰਦੀ ਹੈ ਉੱਤਰ ਸੈਂਸਿਟੀ ਵਿੱਚ 3D ਸ਼ੋ ਸਪੈਸ਼ਲ ਅੰਕਾਂ ਨਾਲ ਦੇਖਿਆ ਜਾਂਦਾ ਹੈ ਇਸ ਕਮਾਲ ਦੇ ਸ਼ੋਅ ਵਿੱਚ ਥੀਏਟਰ ਵਿੱਚ ਬੈਠੇ ਆ ਦਰਸ਼ਕ ਨੂੰ ਇੰਜ ਲੱਗੇਗਾ ਜਿਵੇਂ ਫਿਲਮ ਦੇ ਕਿਰਦਾਰ ਸਕਰੀਨ ਤੋਂ ਬਾਹਰ ਆ ਕੇ ਉਸ ਨੂੰ ਛੋਹ ਰਹੇ ਹਨ ਲੇਜ਼ਰ ਕਿਰਨਾਂ ਦੀ ਵਰਤੋਂ ਉਦਯੋਗ ਅਤੇ ਮਨੁੱਖੀ ਜੀਵਨ ਵਿੱਚ ਵੀ ਬਹੁਤ ਲਾਭਕਾਰੀ ਹੈ ਲੇਜ਼ਰ ਅੱਖਾਂ ਦੇ ਰੁਟੀਨਾਂ ਦੀ ਬਿਲਡਿੰਗ ਕੈਂਸਰ ਥੈਰੇਪੀ ਤੇ ਚੀਰਾ ਰਹਿਤ ਆਪਰੇਸ਼ਨ ਵਿੱਚ ਵਰਤੇ ਜਾਂਦੇ ਹਨ ਪ੍ਰਸ਼ਨ ਨੰਬਰ 6 ਸਿਹਤ ਗੈਲਰੀ ਵਿੱਚ ਕੀ ਕੁਝ ਦੇਖਣਯੋਗ ਹੈ ਉੱਤਰ ਸਾਇੰਸ ਸਿਟੀ ਦੀ ਐਕਸਪਲੋਰਿਅਮ ਬਿਲਡਿੰਗ ਵਿੱਚ ਬਣੀ ਸਿਹਤ ਗੈਲਰੀ ਮਨੁੱਖੀ ਸਰੀਰ ਦੇ ਰਹੱਸਾਂ ਨੂੰ ਖੋਲਦੀ ਹੈ। ਇਸ ਗੈਲਰੀ ਵਿੱਚ ਦਾਖਲ ਹੁੰਦਿਆਂ ਹੀ ਦਰਸ਼ਕ ਨੂੰ 12 ਫੁੱਟ ਉੱਚੇ ਦਿਲ ਦੇ ਮਾਡਲ ਵਿੱਚੋਂ ਲੰਘਦਿਆਂ ਦਿਲ ਦੇ ਧੜਕਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਇਸ ਤੋਂ ਇਲਾਵਾ ਪਾਰਦਰਸ਼ੀ ਮਨੁੱਖ థియేਟਰ ਵਿੱਚ ਆਪਣੇ ਸਾਨੂੰ ਆਪਣੇ ਸਰੀਰ ਦੇ ਸਾਰੇ ਅੰਗਾਂ ਦੀਆਂ ਕਿਰਿਆਵਾਂ ਦਾ ਪਤਾ ਲੱਗਦਾ ਹੈ। ਪਾਰਦਰਸ਼ੀ ਮਨੁੱਖ ਸਾਨੂੰ ਬੋਲ ਕੇ ਦੱਸਦਾ ਹੈ ਕਿ ਸਾਡਾ ਦਿਲ ਦਿਨ ਵਿੱਚ ਕਿੰਨੀ ਵਾਰ ਧੜਕਦਾ ਹੈ ਅਤੇ ਕਿੰਨੀ ਵਾਰੀ ਅਸੀਂ ਸਾਹ ਲੈਂਦੇ ਹਾਂ ਇਸ ਗੈਲਰੀ ਵਿੱਚ ਦਰਸ਼ਕ ਆਪ ਵੀ ਸੀਟੀ ਸਕੈਨ ਤੇ ਆਪਰੇਸ਼ਨ ਵੀ ਕਰਕੇ ਦੇਖ ਸਕਦੇ ਹਨ ਸੀਟੀ ਸਕੈਨ ਦਾ ਮਾਡਲ ਹੈ ਸੀਟੀ ਸਕੈਨ ਦੀ ਸਾਰੀ ਪ੍ਰਕਿਰਿਆ ਤੋਂ ਜਾਣੂ ਕਰਵੰਦਾ ਹੈ ਪ੍ਰਸ਼ਨ ਨੰਬਰ 7 ਊਰਜਾ ਪਾਰਕ ਕੀ ਹੈ ਉੱਤਰ ਸੈਨ ਸਿਟੀ ਵਿੱਚ ਊਰਜਾ ਪਾਰਕ 3 ਏਕੜ ਵਿੱਚ ਸਥਿਤ ਹੈ ਜਿੱਥੇ ਕੇਵਲ ਸੂਰਜੀ ਊਰਜਾ ਹੀ ਵਰਤੀ ਜਾਂਦੀ ਹੈ ਇਥੇ ਜਿਹੀਆਂ ਪ੍ਰਦਰਸ਼ਨੀਆਂ ਮੌਜੂਦ ਹਨ ਜਿਨ੍ਹਾਂ ਤੋਂ ਸਾਨੂੰ ਸੂਰਜੀ ਊਰਜਾ ਵਰਤਣ ਦੀ ਸਿੱਧੇ ਮਿਲਦੀ ਹੈ ਸੂਰਜ ਸ਼ਕਤੀ ਕੇਂਦਰ ਵਿੱਚ ਬੈਂਟਰੀਆਂ ਲੱਗੀਆਂ ਹੋਈਆਂ ਹਨ ਜੋ ਸੂਰਜੀ ਊਰਜਾ ਨੂੰ ਸਟੋਰ ਕਰਕੇ ਰੱਖਦੀਆਂ ਹਨ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸੂਰਜ ਨਾ ਚੜਨ ਤੇ ਅਸੀਂ ਸੂਰਜੀ ਊਰਜਾ ਦੀ ਵਰਤੋਂ ਕਰ ਸਕਦੇ ਹਾਂ ਪਰ ਸ਼ਕਤੀ ਕੇਂਦਰ ਊਰਜਾ ਪਾਰਕ ਦਾ ਖਿੱਚ ਪਰਿਆ ਕੇਂਦਰ ਹੈ ਇਥੇ ਰਣਜੀਤ ਸਾਗਰ ਦਾ ਮਾਡਲ ਰੱਖਿਆ ਗਿਆ ਹੈ ਇਥੇ ਵੱਖ-ਵੱਖ ਮਾਡਲਾਂ ਰਾਹੀਂ ਸਮਝਾਇਆ ਗਿਆ ਹੈ ਕਿ ਪਾਣੀ ਤੋਂ ਬਿਜਲੀ ਕਿਵੇਂ ਤਿਆਰ ਹੁੰਦੀ ਹੈ ਇਸ ਤੋਂ ਇਲਾਵਾ ਪਰਮਾਣੂ ਸ਼ਕਤੀ ਕੇਂਦਰ ਵਿੱਚ ਇਸ ਗੱਲ ਤੇ ਰੌਸ਼ਨੀ ਪਾਈ ਗਈ ਹੈ ਕਿ ਪਰਮਾਣੂ ਸ਼ਕਤੀ ਸਿਰਫ ਬੰਬ ਬਣਾਉਣ ਲਈ ਹੀ ਨਹੀਂ ਸਗੋਂ ਇਸ ਦੀ ਲੋਕਪ੍ਰਾਇੀ ਦੇ ਕੰਮਾਂ ਵਿੱਚ ਵੀ ਵਰਤੋਂ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 8 ਡਾਇਨਾਸੌਰ ਪਾਰਕ ਵਿੱਚ ਡਾਇਨਾਸੌਰਾਂ ਦੇ ਮਾਡਲ ਆਪਣੀ ਕਹਾਣੀ ਆਪ ਬਿਆਨ ਕਰਦੇ ਹਨ ਚਰਚਾ ਕਰੋ। ਉੱਤਰ ਡਾਇਨਾਸੌਰ ਪਾਰਕ ਵਿੱਚ ਬਣੀ ਹੋਈ ਇੱਕ ਝੀਲ ਵਿੱਚ ਸਥਿਤ ਇੱਕ ਟਾਪੂ ਉੱਤੇ ਲੱਗੇ ਲਗਭਗ 44 ਡਾਇਨਾਸੌਰਾਂ ਦੇ ਮਾਡਲ ਲੇਖ ਕੇ ਸਾਨੂੰ ਅਨੁਭਵ ਹੁੰਦਾ ਹੈ ਕਿ ਕਿਸੇ ਤਰ੍ਹਾਂ ਧਰਤੀ ਉੱਤੇ ਕਦੇ ਇਹ ਬਾਡਾਕਾਰੇ ਡਰਾਉਣੇ ਜੀਵ ਰਹਿੰਦੇ ਸਨ ਜੋ ਹੁਣ ਨਹੀਂ ਰਹੇ। ਇਹ ਵੀ ਦੱਸਿਆ ਗਿਆ ਹੈ ਕਿ ਇਹਨਾਂ ਦਾ ਅੰਤ ਜਵਾਲਾਮੁਖੀ ਦੇ ਫਟਣ ਤੇ ਵਾਤਾਵਰਣ ਠੀਕ ਨਾ ਹੋਣ ਕਾਰਨ ਹੋਇਆ। ਇਸ ਨੂੰ ਦਰਸਾਉਣ ਲਈ ਇੱਥੇ ਜਵਾਲਾਮੁਖੀ ਦਾ ਇੱਕ ਵਿਸ਼ੇਸ਼ ਮਾਡਲ ਬਣਾਇਆ ਗਿਆ ਹੈ ਜਿਸ ਦੇ ਅੰਦਰ ਡਾਇਨਾਸੌਰ ਹਿਲਦੇ-ਜੁਲਦੇ ਦਿਖਾਈ ਦਿੰਦੇ ਹਨ। ਵਰਸ਼ਨ ਨੰਬਰ 9 ਜੰਗੀ ਹਥਿਆਰਾਂ ਨਾਲ ਸੰਬੰਧਿਤ ਗੈਲਰੀ ਵਿੱਚ ਕੀ ਕੁਝ ਰੱਖਿਆ ਗਿਆ ਹੈ ਉੱਤਰ ਜੰਗੀ ਹਥਿਆਰਾਂ ਨਾਲ ਸੰਬੰਧਿਤ ਗੈਲਰੀ ਵਿੱਚ ਇੱਕ ਮਿਗ 23 ਰੱਖਿਆ ਗਿਆ ਹੈ ਜੋ ਕਿ ਅਗਸਤ 1980 ਵਿੱਚ ਬਣਾਇਆ ਗਿਆ ਸੀ ਸੀ ਅਤੇ 1981 82 ਵਿੱਚ ਭਾਰਤੀ ਹਵਾਈ ਫੌਜ ਨੂੰ ਸੌਂਪਿਆ ਗਿਆ ਸੀ ਅਤੇ ਬਰਾਸਟੈਕ ਤੇ ਕਾਰਗਿਲ ਦੀ ਲੜਾਈ ਵਿੱਚ ਇਸ ਦੀ ਵਰਤੋਂ ਹੋਈ ਇੱਥੇ ਪਾਰ ਦਾ ਬਣਿਆ ਸੁਵਦੇਸ਼ੀ ਵਿਜੈਨਤਾ ਟੈਂਕ ਵੀ ਰੱਖਿਆ ਗਿਆ ਹੈ ਜਿਸ ਦੀ ਵਰਤੋਂ 1971 ਦੀ ਜੰਗ ਵਿੱਚ ਹੋਈ। ਪ੍ਰਸ਼ਨ ਨੰਬਰ 10 ਸਪੋਰਟਰਸ ਗੈਲਰੀ ਅਤੇ ਰੇਲਵੇ ਗੈਲਰੀ ਵਿੱਚ ਕੀ ਹੈ? ਉੱਤਰ ਸੈਂਸਿਟੀ ਦੀ ਸਪੋਰਟਰਸ ਗੈਲਰੀ ਵਿੱਚ ਕਿਹੜਾ ਪਿੱਛੇ ਕੰਮ ਕਰਦੇ ਵਿਗਿਆਨਿਕ ਸਿਧਾਂਤਾਂ ਦੇ ਰਸਾਂ ਨੂੰ ਖੋਲਿਆ ਗਿਆ ਹੈ? ਕ੍ਰਿਕਟ ਵਿੱਚ ਬਾਲ ਕਿਵੇਂ ਸਪਿੰਨ ਹੁੰਦੀ ਹੈ? ਹਾਕੀ, ਬਾਸਕਟਬਾਲ, ਵਾਲੀਬਾਲ ਆਦ ਖੇਡਾਂ ਪਿੱਛੇ ਕੰਮ ਕਰਦੇ ਵਿਗਿਆਨਿਕ ਸਿਧਾਂਤਾਂ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਹੈ ਰੇਲਵੇ ਗੈਲਰੀ ਵਿੱਚ ਦਿੱਲੀ ਦੀ ਮੈਟਰੋ ਜਾਪਾਨ ਦੀ ਬੁਲਟ ਟ੍ਰੇਨ ਅਤੇ ਕਲਕਾ ਦੀ ਸ਼ਿਮਲਾ ਟ੍ਰੇਨ ਦੇ ਮਾਡਲ ਪ੍ਰਦਰਸ਼ਿਤ ਕੀਤੇ ਗਏ ਹਨ ਆਓ ਖੇ ਸ਼ਬਦਾਂ ਦੇ ਅਰਥ ਅਹਿਮ ਬਹੁਤ ਜ਼ਰੂਰੀ ਯੋਗਦਾਨ ਸਹਿਯੋਗ ਦੇਣ ਥੀਏਟਰ ਨਾਟਕ ਕਰ ਤਮਾਸ਼ਾ ਕਰਨ ਦੀ ਥਾਂ ਕਿਰਦਾਰ પાત્ર ઉપરાલી যতন হিলে উপা বিকাশ ترقی উন্নতি গ্লোব পৃথিবী ਦਾ ਇੱਕ ਗੋਲੇ ਉੱਤੇ ਬਣਾਇਆ ਗਿਆ ਨਕਸ਼ਾ ਪੂ ਮਾਡਲ داستان کہانی ਵਿਥਿਆ ਗੈਲੈਕਸੀ আকাশ গੰਗਾ ਤਾਰਿਆਂ ਦਾ ਝਰਮਟ ਸੈਟਲਾਈਟ ਉਪਗ੍ਰਹ ਪ੍ਰਕਿਰਿਆ ਤਰੀਕਾ ਅਮਲ રહਸ ਪੇਤ ਗੂੰਜੀ ਗੱਲ ਪ੍ਰਦਰਸ਼ਨੀ ਨਮائش ਦਿਖਾਵਾ আকর্ষণ ਕਿੱਚਾ ਕਾਸ਼ਸ਼ ਟੈਲੀਸਕੋਪ ਦੁਰਬੀਨ ਮਕਾਮ ਵਿੱਚ ਵਰਤੋ ਨੰਬਰ 1 ਜਾਗਰੂਕ ਜਾਗ੍ਰਿਤਾ ਚੇਤਨ ਸੈਂਸਿਟੀਵਿਚ ਸਥਿਤ ਸਿਹਤ ਗੈਲਰੀ ਲੋਕਾਂ ਨੂੰ ਆਪਣੇ ਸਰੀਰ ਤੇ ਸਿਹਤ ਸੰਬੰਧੀ ਜਾਗਰੂਕ ਕਰਦੀ ਹੈ ਨੰਬਰ 2 ਸਕਰੀਨ ਪਰਦਾ ਫਿਲਮ ਸਿਨੇਮੇ ਦੀ ਸਕਰੀਨ ਉੱਤੇ ਦਿਖਾਈ ਜਾਂਦੀ ਹੈ ਨੰਬਰ 3 ਪੁਲਾੜ ਖਿਲਾ ਵੱਖ-ਵੱਖ ਉਦੇਸ਼ਾਂ ਦੀ ਪੂਰਤੀ ਲਈ ਪਿੰਨ-ਪਿੰਨ ਉਪਗ੍ਰਹ ਪੁਲਾੜ ਵਿੱਚ ਛੱਡੇ ਜਾਂਦੇ ਹਨ। ਨੰਬਰ 4 ਮਾਡਲ ਗਲੋਬ ਅਸਲ ਵਿੱਚ ਧਰਤੀ ਦਾ ਇੱਕ ਛੋਟਾ ਮਾਡਲ ਹੁੰਦਾ ਹੈ। ਨੰਬਰ 5 ਮੇਕਅਪ ਮੇਕਅਪ ਸ਼ਿੰਗਾਰ ਫਿਲਮਾਂ ਵਿੱਚ ਪਾਤਰਾਂ ਤੇ ਦ੍ਰਿਸ਼ਾਂ ਨੂੰ ਪੇਸ਼ ਕਰਨ ਵਿੱਚ ਮੇਕਅਪ ਕਰਨ ਵਾਲੇ ਦਾ ਮਹੱਤਵਪੂਰਨ ਸਥਾਨ ਹੁੰਦਾ ਹੈ। ਨੰਬਰ 6 ਨਿੰਗ ਸਿਖਲਾਈ ਟ੍ਰੇਨਿੰਗ ਇੱਥੇ ਟ੍ਰੇਨਿੰਗ ਆਏਗਾ। ਟ੍ਰੇਨਿੰਗ ਸਿਖਲਾਈ ਇਸ ਸੰਸਥਾ ਵਿੱਚ ਲੜਕੀਆਂ ਨੂੰ ਸਿਖਲਾਈ ਕੜਾਈ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਨੰਬਰ 7 ਲਾਹੇਵੰਦ ਲਾਭ ਦੇਣ ਵਾਲਾ ਅੱਜਕੱਲ੍ਹ ਛੋਟੇ ਬੱਦਰ ਦੀ ਖੇਤੀਬਾੜੀ ਕੋਈ ਲਾਹੇਵੰਦ ੰਦਾ ਨਹੀਂ ਰਿਹਾ। ਪਾਰਦਰਸ਼ੀ ਜਿਸ ਚੀਜ਼ ਦੇ આરਪਾਰ ਦਿਸੇ ਲੋਹੇ ਦੀਆਂ ਬਣੀਆਂ ਚੀਜ਼ਾਂ ਪਾਰਦਰਸ਼ੀ ਨਹੀਂ ਹੁੰਦੀਆਂ। ਧੰਨਵਾਦ।